ਕੰਮ ਤੇ ਜਾਂਦਾ ਹੈ, ਡਰਾਈਵਰੀ ਕਰਦਾ ਹੈ, 4 ਵਜੇ ਜਾਂਦਾ ਘਰੋਂ। ਖੈਰ ਮੈਡਮਾਂ ਮੁਰਮਾਂ ਨੂੰ ਲਿਆਉਂਦਾ ਜੀ ਘਰਾਂ ਤੋਂ, ਜੇ ਦਫ਼ਤਰ 'ਚ ਬਿਠਾ ਛੱਡਦਾ ਉਹਨਾਂ ਨੂੰ, ਫਿਰ ਗੱਡੀ 'ਚ ਹੀ ਸੋ ਜਾਂਦਾ ਉਹ। ਬਾਅਦ 'ਚ 8 ਵਜੇ ਉੱਠਿਆ ਵਾ, ਉੱਠ ਕੇ ਬਸ ਮੂੰਹ ਧੋਣ ਲੱਗਾ ਹੈ ਅਤੇ ਬਾਹਰ ਮੁੰਡੇ ਕੰਢੇ ਆਏ ਗੋਲੀਆਂ ਮਾਰ। ਹਾਂਜੀ ਮੁੰਡਾ ਜਾਣਦੇ ਹਾਂ ਜੀ, ਇਹਨੂੰ ਪਤਾ ਨਹੀਂ, ਮੈਨੂੰ ਤਾਂ ਕੁਛ ਨਹੀਂ ਪਤਾ ਜੀ ਬਾਹਰ ਕੀ ਅੱਗੇ ਬੱਚੇ। ਮੁੰਡੇ ਦਾ ਨਾਂ ਸਾਰਜੀ ਗਿਆ, ਇੱਕ ਅਨਮੋਲ ਹੈਗਾ ਸੁੰਦਰ ਨਗਰ। ਪ੍ਰਾਈਵੇਟ ਕੰਪਨੀ ਉਹਦੇ ਵਿੱਚ ਕਰਦਾ ਹੈ ਤੇ ਬਾਹਰ ਕਿਤੇ ਵਿਆਹ ਛੱਡ ਕੇ ਦੋ ਤਿੰਨ ਜਣੇ ਆਏ ਆ, ਉਹਨਾਂ ਨੇ ਫਾਇਰ ਕੀਤੀ, ਬਾਕੀ ਇਨਵੈਸਟੀਗੇਸ਼ਨ ਕਰਦੇ ਆ, ਮੌਕੇ 'ਤੇ ਆਏ ਆ। ਕੋਈ ਸੀਸੀਟੀਵੀ ਫੁਟੇਜ ਆਈ ਹੈ ਸਰ? ਹਾਂ ਫੁਟੇਜ ਚੈੱਕ ਕਰ ਰਹੇ, ਲੱਗੀਆਂ ਟੀਮਾਂ ਸਾਡੀਆਂ। ਤੁਸੀਂ ਮਾਮਲਾ ਦੀ ਪੁੱਛਣੀ ਕੀ ਰੰਜਿਸ਼? ਹੁਣ ਵੈਰੀਫਾਈ ਕਰਦੇ ਆ ਸਾਰਾ, ਜੋ ਵੀ ਰੰਜਿਸ਼ ਹੋਈ, ਜੋ ਵੀ ਸਟੇਟਮੈਂਟ ਕਹਾਉਣਗੇ ਜਿਨ੍ਹਾਂ ਦੇ ਬੰਦੇ ਨਾਂ ਬਾਈ ਨੇਮ ਉਹ ਨਾਂ ਰੈਸਟ ਕਰਾਂਗੇ, ਬਾਕੀ ਵੈਰੀਫਾਈ ਕਰਾਂਗੇ ਸਾਰਾ। ਕਿੰਨੀਆਂ ਗੋਲੀਆਂ ਵੱਜੀਆਂ ਅਤੇ ਕੀ ਹਾਲ ਆ ਬੋਲੋ? ਠੀਕ ਹੈ ਡਾਕਟਰ ਸਾਹਿਬ, ਟ੍ਰੀਟਮੈਂਟ ਕਰ ਰਹੇ, ਠੀਕ ਹੈ। ਪੁਲਿਸ ਵੱਲੋਂ ਜੀ ਬੰਦੇ ਫੜਾਂਗੇ, ਸਾਰੇ ਫੜ ਕੇ ਅੰਦਰ ਦੇਵਾਂਗੇ ਜਿਹੜੇ ਵੀ ਹੈਗੇ।